ਹਾਂਜੀ ਦੋਸਤੋ ਤਾਂ ਕਲਾਸ 12ਵੀਂ ਵਾਲਿਆਂ ਦਾ ਹੁਣ ਹੈਗਾ 2 ਮਾਰਚ ਨੂੰ ਇਲੈਕਟਿਵ ਪੰਜਾਬੀ ਦਾ ਪੇਪਰ ਤਾਂ ਦੋਸਤੋ ਸਾਡੇ ਕੋਲ ਇੱਕ ਇਹ ਪੇਪਰ ਪਹੁੰਚਿਆ ਵਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਵਿਦ ਇਹ ਸੋਲੂਸ਼ਨ ਆ ਦੇਖ ਲਓ ਸ਼੍ਰੇਣੀ 12ਵੀਂ ਪੰਜਾਬੀ ਚੋਣ ਵੀ ਠੀਕ ਹੈ ਵਿਦਿਅਕ ਸੈਸ਼ਨ 2022-23 ਦਾ 80 ਨੰਬਰ ਦਾ ਇਹ ਪੇਪਰ ਆਉਣਾ ਵਾ ਤਾਂ ਤੁਹਾਨੂੰ 3 ਘੰਟੇ ਦਾ ਸਮਾਂ ਮਿਲੇਗਾ ਤਾਂ ਦੋਸਤੋ ਚਲੋ ਤੁਹਾਡੀ ਤਿਆਰੀ ਕਰਾ ਦਿੰਨੇ ਆ ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਹੈਗੇ ਆ ਪਹਿਲਾ ਪ੍ਰਸ਼ਨ ਦੋਸਤੋ ਪੰਜ ਅੰਕ ਲਈ ਸੁੰਦਰ ਲਿਖਾਈ ਲਈ ਇਹ ਰਾਖਵਾ ਰੱਖਿਆ ਗਿਆ ਵਾ ਦੂਸਰਾ ਪ੍ਰਸ਼ਨ ਦੋਸਤੋ ਵਸਤੂਨਿਸ਼ ਪ੍ਰਸ਼ਨ ਨੇ ਤੇ ਦੋ-ਦੋ ਅੰਕ ਦੇ ਇਹ ਹੈਗੇ ਆ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਦੇਖ ਲਓ ਦੋਸਤੋ ਕੀ ਹੈ ਕਿ ਆਪਣਾ ਕੇ ਬਾਗੀ ਦੀ ਮੂਲੀ ਰਚਨਾ ਕਿਸ कवि दी है तो दोस्तों सा हुसैन की हैगी है अगला प्रश्न दोस्तों दूसरा मिर्जे जंड हेठा सौन तो कौन रोकता है तो दोस्तों साहिबा रोकती है अगे है अपना धूड़ पर रहे पाठ द लेखक का ना की है तो दोस्तों प्रिंसीपल साहिब सिंह अगे रंग मंच उत्ते दोस्तों किस जी है चीज़ का खास प्रबंध हूँ दोस्तों रोशनी आवाज़ अगला प्रश्न है दोस्तों किसे दो अलंकारा दे ना लिखो तो देखो उपमा अलंकार ते अपना है व अतीक थनी अलंकार अगला प्रश्न दोस्तों की है में प्रश्न ने भाग आड़े के भी दो दो मार्क्स के दे है ता देखो इकना दे देन पल्ले शाह के सलोक जिक्र है किसान अमीरी तरीबी का अगला प्रश्न दोस्तों पंजाबी किसा काव्य अनुसार जंड हेठा सो रहे किस प्रीत नायक नारिया जाता है तो दोस्तों मिर्जे जोड़ा है वा मारिया जाता है अगला प्रश्न दोस्तों दारा सिंह ने उर्दू जबान किसों तो सीखी सा सी? दोस्तों मास्टर हसन तो जी हैगी दारा सिंह ने उर्दू की जबान जी सीखी सी अगला प्रश्न दोस्तों की कि है कि कौड़ा केंद है तो दोस्तों एक वचिन वर्णिक छंद है अगे है अपना किस राजा दोस्तों जोड़ा है वा ਰਸਾ ਦਾ ਰਾਜਾ ਜਿਹੜਾ ਹੈਗਾ ਵਾ ਕਿਹਾ ਜਾਂਦਾ ਹੈ ਤਾਂ ਦੋਸਤੋ ਸ਼ਿੰਗਾਰ ਰਸ ਨੂੰ ਜਿਹੜਾ ਹੈਗਾ ਵਾ ਰਸਾ ਦਾ ਜਿਹੜਾ ਹੈਗਾ ਰਾਜਾ ਕਿਹਾ ਜਾਂਦਾ ਹੈ ਅਗਲਾ ਹੈ ਦੋਸਤੋ ਆਪਣਾ ਹੇਠ ਲਿਖੇ ਕਥਨਾ ਵਿੱਚੋਂ ਸਹੀ ਗਲਤ ਦੀ ਚੋਣ ਕਰੋ ਇਹ ਵੀ ਦੋ ਦੋ ਮਾਰਕਸ ਦੇ ਨੇ ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ कि चंडी दी बार नजाबत की रचना है तो गलत क्योंकि दोस्तों चंडी दी बार दिड़ी है गया। श्री गुरु गोबिंद सिंह जी की यह रचना है ना कि नजाबत की अगे, अगे दोस्तों पूर्ण भगत का गुरु गोरखनाथ गौरखनाथ बिल्कुल दोस्तों सही है अगर दोस्तों अपना एपटाबाद प्रोफेसर पूरण सिंह की स्वय जीवनी का अंश है तो दोस्तों बिल्कुल सही अगे दोस्तों नाटक का अहम तत्व रंगमंच है तो दोस्तों बिल्कुल सही अगे अपना दोस्तों शांत रसद स्थाई भाव शोक है तो दोस्तों इसका जोड़ा है वा शोक नहीं दोस्तों ये गलत है ठीक है जी इस जिथे तक मैं लगता कि बैराग शायद आ सदगा वा ठीक है जी संत रस का स्थाई भाव बैराग हो सकता वा ठीक है जी तो इसलिए यह शोक नहीं है इसलिए यह गलत स्टेटमेंट हैगी है यानी कि फॉल्स अगर दोस्तों तेजे खाली ने तो देखो दोस्तों पहला ये भी दो दो मार्क्स देने ठीक है जी तो देखो पवन गुरु पानी पिता ठीक है जी माता धरत महत्त ठीक है जी तो डैश की आजगा पिता अगला प्रश्न दोस्तों की है कि शाह मुहम्मद का जड़ा है वा जगनामा ਠੀਕ ਹੈ ਜੀ ਆਪਣਾ ਡੈਸ਼ ਛੰਦ ਵਿੱਚ ਲਿਖਿਆ ਹੋਇਆ ਹੈ ਤੇ ਦੋਸਤੋ ਇਹ ਜਿਹੜਾ ਹੈਗਾ ਵਾ ਬੈਂਤ ਦੇ ਵਿੱਚ ਬੈਂਤ ਛੰਦੇ ਦੇ ਵਿੱਚ ਲਿਖਿਆ ਹੋਇਆ ਵਾ ਅੱਗੇ ਹੈ ਦੋਸਤੋ ਨਵਾਂ ਸਾਈਕਲ ਖਰੀਦਣ ਲਈ ਬੰਜਾਰਾ ਬੇਦੀ ਨੂੰ ਆਪਣੀ ਜਿਹੜੀ ਹੈਗੀ ਪਤਨੀ ਦਾ ਸੋਨੇ ਦਾ ਹਾਰ ਵੇਚਣਾ ਪਿਆ ਸੀ ਠੀਕ ਹੈ ਜੀ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਪਾਤਤਰ ਇਕਾਂਗੀ ਕਾਰ ਦੇ ਹੱਥਾਂ ਦੀ ਜਿਹੜੀ ਹੈਗੀ ਕਟਪੁਤਲੀ ਜਿਹੜੀ ਹੈਗੀ ਨਹੀਂ ਹੁੰਦੀ ਹੈ ਠੀਕ ਹੈ ਤਾਂ ਦੇਖ ਲਓ ਦੋਸਤੋ ਇੱਥੇ ਅਨਸਰ ਜਿਹੜਾ ਹੈਗਾ ਵਾ ਕਟਪੁਤਲੀ ਆ ਜਾਏਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਕਿ ਚੁਪਈ ਦਾ ਅਰਥ ਜਿਹੜਾ ਹੈ ਚਰਣਾ ਵਾਲਾ ਛੰਦ ਹੁੰਦਾ ਹੈ ਠੀਕ ਹੈ ਤੇ ਹੁਣ ਦੋਸਤੋ ਅਗਲਾ ਪ੍ਰਸ਼ਨ ਦੇਖ ਲਓ ਕਿ ਹੇਠ ਲਿਖਿਆ ਵਿੱਚੋਂ ਕਾਵ ਟੋਟੇ ਵਿੱਚੋਂ ਕਿਸੇ ਇੱਕ ਦੀ ਜਿਹੜੀ ਹੈਗੀ ਪ੍ਰਸੰਗ ਸਹਿਤ ਵਿਆਖਿਆ ਕਰੋ ਤਾਂ ਦੇਖੋ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਏ ਜਗ ਉੱਚੇ ਚੜੇ ਕੇ ਦੇਖਿਆ ਤਕਰ ਇਹ ਅਗੇ ਠੀਕ ਹੈ ਤਾਂ ਦੇਖ ਲਓ ਇਹ ਪੰਜ ਮਕਸ ਦੀ ਆਉਣੀ ਹੈ ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਨੇ ਆਪਾਂ ਤਾਂ ਇਹ ਸਾਰਾ ਆਪਾਂ ਲੱਭਿਆ ਹੋਇਆ ਹੈ ਵੇਖੋ ਦੋਸਤੋ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਸ ਦਾ ਆਨਸਰ ਤਾਂ ਦੋਸਤੋ ਦੇਖੋ ਆਹੀ ਸੀਗਾ ਨਾ ਤੁਹਾਡਾ ਫਰੀਦਾ ਮੈਂ ਜਾਣਿਆ ਦੁੱਖ ਮੁਕ ਸਵੇ ਜਗ ਠੀਕ ਹੈ ਜੀ ਤਾਂ ਇਸ ਦਾ ਦੇਖੋ ਪ੍ਰਸੰਗ ਕਿਸ ਤਰ੍ਹਾਂ ਦਾ ਬਣੇਗਾ ਕਿ ਇਹ ਕਬਟੋਟ ਛੇਕ ਫਰੀਦ ਜੀ ਦੀ ਰਚਿਆ ਹੋਇਆ ਦੋਸਤੋ ਇੱਕ ਸ਼ਲੋਕ ਹੈ ਜੋ ਕਿ ਦੋਸਤੋ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਹੈ ਇਸ ਸ਼ਲੋਕ ਵਿੱਚ ਫਰੀਦ ਜੀ ਇਹ ਭਾਵ ਪ੍ਰਗਟ ਕਰਦੇ ਹਾਂ ਕਿ ਸੰਸਾਰ ਜਿਹੜਾ ਹੈਗਾ ਦੋਸਤੋ ਸਾਰਾ ਸੰਸਾਰ ਉਹ ਦੁੱਖਾਂ ਨਾਲ ਜਿਹੜਾ ਹੈਗਾ ਭਰਪੂਰ ਹੈ ਵਿਆਖਿਆ ਕੀ ਹੈ ਇਸ ਤਰੇ ਦੀ ਦੇਖੋ ਦੋਸਤੋ ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਇਹ ਸਮਝਿਆ ਸੀ ਕੇਵਲ ਮੈਨੂੰ ਹੀ ਦੁੱਖ ਲੱਗੇ ਹਨ ਪਰ ਅਸਲ ਵਿੱਚ ਫਿਰ ਜਿਹੜਾ ਹੈਗਾ ਦੁੱਖ ਤਾਂ ਸਾਰੇ ਸੰਸਾਰ ਵਿੱਚ ਹੀ ਹੈ ਜਦੋਂ ਮੈਂ ਆਪਣੇ ਦੁੱਖ ਤੋਂ ਜਿਹੜਾ ਜਿਹੜਾ ਉਚੇਰਾ ਜਿਹੜਾ ਹੈਗਾ ਹੋ ਕੇ ਧਿਆਨ ਮਾਰਿਆ ਤਾਂ ਹਰੇਕ ਘਰ ਵਿੱਚ ਇਹੋ ਦੁੱਖ ਦੀ ਅੱਗ ਬਲਦੀ ਦਿਖਾਈ ਦਿੱਤੀ ਅਰਥਾਤ ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ ਇੱਥੇ ਕੋਈ ਵੀ ਜਿਹੜਾ ਹੈਗਾ ਵਾ ਦੁੱਖਾਂ ਤੋਂ ਬਚਿਆ ਹੋਇਆ ਨਹੀਂ ਹੈ ਠੀਕ ਹੈ ਜੀ ਤੇ ਦੋਸਤੋ ਆਪਣਾ ਜਿਹੜਾ ਇਹ ਅਗਲਾ ਵਾਲਾ ਵਾ ਸਤਿਗੁਰੂ ਨੇ ਸਭ ਕੋ ਲੋਚਦਾ ਜੇਤੂ ਜਗਤ ਸਭ ਕੋਏ ਤਾਂ ਇਹ ਵਾਲਾ ਸਾਨੂੰ ਨਹੀਂ ਲੱਭਿਆ ਹੈਗਾ ਇਹ ਤੁਸੀਂ ਖੁਦ ਹੀ ਕਰ ਲਿਓ ਠੀਕ ਹੈ ਜੀ ਆਪਣੀ ਗਾਈਡ ਜਾਂ ਬੁੱਕ ਦੇ ਵਿੱਚ ਲੱਭ ਕੇ ਜਾਂ ਆਪਣੀ ਟੈਕਸਟ ਬੁੱਕ ਦੇ ਵਿੱਚ ਠੀਕ ਹੈ ਜਿਹੜਾ ਵੀ ਤੁਹਾਡੇ ਕੋਲ ਹੈਗਾ ਟੈਕਸਟ ਕਾਪੀ ਕੁਝ ਵੀ ਹੈਗਾ ਦੋਸਤੋ ਉਹਦੇ ਵਿੱਚ ਅਗਰ ਇਹ ਸੋਲਵ ਹੋਏਗਾ ਤਾਂ ਸਾਨੂੰ ਅਨਸਰ ਵੀ ਦੱਸ ਦੇਣਾ ਕਮੈਂਟ ਬਾਕਸ ਦੇ ਵਿੱਚ ਇਸ ਦਾ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਦੋਸਤੋ ਕਿਸੇ ਫਰੈਂਡ ਵਗੈਰੇ ਤੋਂ ਪੁੱਛ ਲਿਓ ਠੀਕ ਹੈ ਅਗਲਾ ਹੈ ਜੀ ਦਾ ਚੌਥਾ ਪ੍ਰਸ਼ਨ ਹੇਠ ਲਿਖਿਆ ਕਵਿਤਾ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਿਖੋ 4 ਮਾਰਕਸ ਦੀ ਇਹ ਹੈਗੀ ਆ तो दोस्तों देखो अपना की है इतें रहना नहीं, नहीं ना ही ठीक है सतिया ये ना अखियान ठीक है जी ये साह हुसैन की रचना ब यह गुरु अमरदास की रचना है तो दोस्तों आप दोनों ही देख लिने तो चलो देखो दोस्तों सब तो पहला इत रहना नहीं तो देखो दोस्तों इतने रहना नहीं काफ़ी साह हुसैन की रचना है इस दोस्तों कवि ने जड़ा है जीव दी है दोस्तों नाशवानता बारे विचार प्रगट ਪ੍ਰਗਟਾਈਆਂ ਇਸ ਦਾ ਕੇਂਦਰੀ ਭਾਗ ਵੇਠ ਲਿਖਿਆ ਅਨੁਸਾਰ ਹੈ ਮਨੁੱਖੀ ਸਰੀਰ ਜਿਹੜਾ ਹੈਗਾ ਵਾ ਨਾਸਵਾਨ ਹੈ ਮਨੁੱਖ ਨੂੰ ਮਾਨ ਹੰਕਾਰ ਤੇ ਦੋਸਤੋ ਜਿਹੜਾ ਹੈਗਾ ਵਾ ਤ੍ਰਿਸ਼ਨਾ ਦਾ ਤਿਆਗ ਕਰਕੇ ਨਿਮਰਤਾ ਤੇ ਨਿਰਮਨਤਾ ਪਰਿਆ ਜੀਵਨ ਜਿਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਸਰੀਰ ਦਾ ਮਨੁੱਖ ਮਨ ਕਰਦਾ ਹੈ ਉਹ ਤਾਂ ਟਲਦਾ ਪਰਛਾਵਾ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਦੋਸਤੋ ਕੀ ਇਹ ਦੇਖ ਲਓ ਕੀ ਆਪਣਾ ਸਤਿਯਾ ਇਹ ਨਾ ਅਖਿਆਨ ਠੀਕ ਹੈ ਜੀ ਤਾਂ ਇਹ ਵਾਲਾ ਆਪਾਂ ਦੇਖ ਲੈਨੇ ਆ ਇਸ ਦਾ ਆਨਸਰ ਵੀ ਇਹ ਵੀ ਕੇਂਦਰੀ ਭਾਵ ਆ ਤਾਂ ਦੋਸਤੋ ਦੇਖੋ ਸਤਿਆ ਇਹ ਨਾ ਅਖਿਆਨ ਕਵੀ ਸਤ ਗੁਰ 17 ਜਿਹੜੀ ਹੈਗੇ ਨੇ ਗੁਰੂ ਅਮਰਦਾਸ ਜੀ ਦੁਆਰਾ ਜਿਹੜੀ ਹੈਗਾ ਰਚੀਆਂ ਗਈਆਂ ਹਨ ਇਸ ਵਿੱਚ ਗੁਰੂ ਜੀ ਜਿਹੜੇ ਹੈਗੇ ਸਤੀ ਪ੍ਰਥਾ ਵਰਗੀ ਭੈੜੀ ਬੁਰਾਈ ਦਾ ਵਿਰੋਧ ਕਰਦੇ ਹਨ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਪਤੀ ਦੀ ਜਿਹੜੀ ਹੈਗੀ ਲੋਥ ਨਾਲ ਸੜ ਮੋੜਨ ਵਾਲੀਆਂ ਇਸਤਰੀਆਂ ਅਸਲ ਵਿੱਚ ਸਤੀ ਇਸਤਰੀਆਂ ਨਹੀਂ ਹੁੰਦੀਆਂ ਸਗੋ ਉਹ ਜੋ ਵਿਛੋੜੇ ਦੀ ਪੀੜਾ ਨੂੰ ਦੋਸਤੋ ਸਹਾਰ ਦੀਆਂ ਹਨ ਉਹ ਇਸਤਰੀਆਂ ਵੀ ਜਿਹੜੀ ਹੈਗੇ ਨੇ ਸਤੀਆਂ ਹਨ ਜੋ ਸਬਰ ਸੰਤੋਖ ਉੱਚੇ ਸੱਚੇ ਜਿਹੜੇ ਹੈਗਾ ਵਾ ਦੋਸਤੋ ਉੱਚੇ ਸੁੱਚੇ ਆਚਰਣ ਵਿੱਚ ਰਹਿ ਕੇ ਪਤੀ ਦੇ ਹਰ ਦੁੱਖ ਸੁੱਖ ਵਿੱਚ ਉਸ ਦੀ ਜਿਹੜੀ ਹੈਗੀ ਆ ਸੇਵਾ ਕਰਦੀਆਂ ਹਨ ਤਾਂ ਇਸ ਦਾ ਅਨਸਰ ਇਸ ਕੁਝ ਪ੍ਰਕਾਰ ਹੋ ਜਾਏਗਾ ਅਗ ਹੈ ਦੋਸਤੋ ਆਪਣਾ ਹਾਸ਼ਮ ਜਾਂ ਫਿਰ ਬਾਰਿਸ਼ ਸਾਦੇ ਕਿਸੇ ਵੀ ਸਿਲੇਸ਼ਨ ਕਰਦੇ ਹਾਂ ਉਸ ਦੇ ਜਿਹੜੇ ਹੈਗਾ ਕਾਵਿਕ ਗੁਣਾ ਦਾ ਵੰਨਣ ਕਰੋ ਤਾਂ ਦੋਸਤੋ ਇਹ ਵੀ ਦੇਖ ਲੈਣੇ ਆਪਾਂ ਦੋਨੋਂ ਹੀ ਦੇਖ ਲਾਂਗੇ ਹੁਸੈਨ ਜਿਹੜੇ ਹੈਗਾ ਹਾਸ਼ਮ ਸਾਹਿਬੀ ਤੇ ਬਾਰਿਸ਼ ਸਾਹਿਬੀ ਤਾਂ ਦੇਖੋ ਦੋਸਤੋ ਹਾਸ਼ਮ ਨੇ ਦੋਸਤੋ ਜਿਹੜੀ ਹੈਗੀ ਆਪਣੀ ਸੂਫੀ ਰੰਗੜ ਵਾਲੇ ਕਿਸੇ ਲਿਖੇ ਠੀਕ ਹੈ ਜੀ ਤੇ ਉਸ ਨੇ ਦ ਸਿਰੀ ਫਰਿਆਦ ਸੋਨੀ ਮਹੀਵਾਲ ਹੀਰ ਰਾਂਝੇ ਦੀ ਵਰਤੀ ਕਿਸੇ ਲਿਖੇ ਸੱਸੀ ਪੰਨੂ ਠੀਕ ਹੈ ਜੀ ਆਪਣਾ ਉਸ ਦਾ ਸਭ ਤੋਂ ਪ੍ਰਸਿੱਧ ਕਿੱਸਾ ਹੈ ਇਸ ਸੈਲੀ ਜਿਹੜਾ ਹੈਗਾ ਦੋਸਤੋ ਇਸ ਸੈਲੀ ਦਰਦ ਭਰੀ ਹੈ ਇਹ ਦੋਸਤੋ 126 ਬੰਦਾ ਤੇ ਦਵਾਈਆਂ ਛੰਦਾਂ ਵਿੱਚ ਜਿਹੜੀ ਹੈਗੀ ਰਚੀ ਪੰਜਾਬੀ ਦੀ ਸਾਕਾਰ ਜਿਹੜੀ ਰਚਨਾ ਹੈ ਠੀਕ ਹੈ ਉਸ ਤੋਂ ਬਾਅਦ ਦੋਸਤੋ ਆਪਣਾ ਇਹਦੇ ਨਾਲ ਹੀ ਸੀਗਾ ਠੀਕ ਹੈ ਜੀ ਵਾਰਿਸ ਸਾਹ ਦੇ ਬਾਰੇ ਵੀ ਦੱਸੋ ਤਾਂ ਇਸ ਦਾ ਵੀ ਦੇਖ ਲੈਣਾ ਦੋਸਤੋ ਆ ਦੇਖੋ ਵਾਰਿਸ ਸਾਹ ਤਾਂ ਵਾਰਿਸ ਸਾਹ ਦੋਸਤੋ ਮਧਕਲੀ ਸਾਹਿਤ ਦਾ ਪ੍ਰਮੁੱਖ ਕਿੱਸਾਕਾਰ ਹੈ ਠੀਕ ਹੈ ਜੀ ਉਸ ਦੇ ਕਿਸੇ ਹੀਰ ਨਾਲ 18ਵੀਂ ਸਦੀ ਵਿੱਚ ਕਿੱਸਾ ਕਾਬ ਆਪਣੀ ਸਿਖਰ ਤੇ ਪਹੁੰਚਦਾ ਹੈ ਵਾਰਿਸ ਦਾ ਕਿੱਸਾ ਹਰ ਜਿਹੜਾ ਹੈਗਾ ਦੋਸਤੋ ਗੁਰਮਾਈ ਰਚਨਾ ਹੈ ਉਸ ਦੇ ਜਿਹੜੇ ਹੈਗੇ ਕਿਸੇ ਕਿਸੇ ਵਿੱਚ ਸਮਕਾਲੀ ਜੀਵਨ ਦੀ ਜਿਹੜੀ ਹੈਗੀ ਤਸਵੀਰ ਤਸਵੀਰ ਪੇਸ਼ ਹੋਈ ਹੈ ਉਸਨੇ ਕਿਸੇ ਕਿੱਸਾ ਦੋਸਤੋ ਜਿਹੜਾ ਹੈਗਾ ਵਾ ਬੈਂਤ ਛੰਦ ਵਿੱਚ ਰਚਿਆ ਹੈ ਜਿਵੇਂ ਕਿ ਦੋਸਤੋ ਹੀਰੱਖ ਦੀ ਜੋਗਿਆ ਝੂਠ ਬੋਲੇ ਕੌਣ ਜਿਹੜਾ ਹੈਗਾ ਰੁਠਰੇ ਯਾਰ ਮਨਾਮ ਮਨਾਮਦਾ ਹੈ ਐਸਾ ਕੋਈ ਨਾ ਮਿਲਿਆ ਮੈਂ ਪਾਲ ਥਕੀ ਜਿਹੜਾ ਗਿਆ ਨੂੰ ਮੋੜ ਲਿਆਂਦਾ ਹੈ ਤਾਂ ਇਸ ਤੋਂ ਇਲਾਵਾ ਇਸ ਕਾਲ ਵਿੱਚ ਹਮਦ ਨੇ ਦੋਸਤੋ ਹੀਰ ਅੰਡਤ ਬਹਿਬਲ ਨੇ ਦੋਸਤੋ ਸੱਸੀ ਤੇ ਜਿਹੜੇ ਹੈਗਾ ਸਦੀਦ ਲਾਲੀ ਯੂਸਫ ਜੁਲੈਖਾ ਨਾਲ ਦੋਸਤੋ ਇਸ ਕਾਲ ਨੂੰ ਜਿਹੜਾ ਹੈਗਾ ਵਾ ਦੋਸਤੋ ਮਾਲਾ ਮਾਲ ਕਰਦੇ ਹਨ ਅਗਲਾ ਪ੍ਰਸ਼ਨ ਦੋਸਤੋ ਕੀ ਇਹ ਦੇਖ ਲੋ ਹਾਂਜੀ ਅਗਲਾ ਹੈ ਦੋਸਤੋ ਆਪਣਾ ਪੰਜਾਬੀ ਬੀਰ ਕਾਵਤਾਰਾਂ ਦੀਆਂ ਪ੍ਰਾਪਤੀਆਂ ਸੰਬੰਧੀ ਸੰਖੇਪ ਵਿੱਚ ਲਿਖੋ ਤਾਂ ਦੇਖੋ ਦੋਸਤੋ ਇਸ ਦੀਆਂ ਪ੍ਰਾਪਤੀਆਂ ਦੇਖਣ ਤੋਂ ਪਹਿਲਾਂ ਇਹਦੇ ਬਾਰੇ ਕੁਝ ਜਿਹੜੀ ਹੈਗੀ ਆ ਨਜ਼ਰ ਮਾਰ ਲੈਣੀ ਹੈ ਇਹਨਾਂ ਦੀਆਂ ਪ੍ਰਾਪਤੀਆਂ ਤੋਂ ਪਹਿਲਾਂ ਕੁਝ ਇੰਪੋਰਟੈਂਟ ਤੁਹਾਨੂੰ ਦੱਸ ਦਈਏ ਤਾਂ ਦੇਖੋ ਦੋਸਤੋ ਆਪਣਾ ਕੀ ਜਿਹੜਾ ਹੈਗੇ ਬੀਰ ਕਾਵ ਦੇ ਭਾਗ ਦੇ ਵਿੱਚ ਨਾ ਦੋਸਤੋ ਬੀਰ ਰਸਾ ਵਾਲੀਆਂ ਰਚਨਾਵਾਂ ਤੇ ਉਹਨਾਂ ਦੇ ਜਿਹੜੇ ਹੈਗੇ ਆ ਰਚਨਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਤਾਂ ਦੇਖੋ ਦੋਸਤੋ ਉਕਤ ਸਵਾਲ ਮਧਕਲਿਨੀ ਪੰਜਾਬ ਕਾਵ ਝਲਕਾ ਤੇ ਦੋਸਤੋ ਇਤਿਹਾਸ ਪੁਸਤਕ ਦੇ ਜਿਹੜੇ ਹੈਗੇ ਭਾਗ 2 वीर काव्य ਵਿੱਚੋਂ ਪੁੱਛਿਆ ਗਿਆ ਹੈ ਇਸ ਪਾਠ ਵਿੱਚ ਜਿਹੜਾ ਹੈਗਾ ਵਾ ਵੀਰ ਰਸ ਨਾਲ ਸਬੋਧਿਤ ਰਚਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਕਾਵਿ ਦੀ ਜਿਹੜੀ ਹੈਗੇ ਧਾਰਾ ਸਭ ਤੋਂ ਮਹੱਤਵਪੂਰਨ ਰਚਨਾ ਚੰਡੀ ਦੀ ਵਾਰ ਹੈ ਵੀਰ ਕਾਵਿ ਦੀਆਂ ਰਚਨਾਵਾਂ ਵਿੱਚ ਦੋਸਤੋ ਨਾਇਕ ਦੀ ਬਿਰਤਾ ਦਾ ਜਿਹੜਾ ਹੈਗਾ ਵਾ ਦੋਸਤੋ ਆਪਣਾ ਜਸ ਅਜੇ ਹੀ ਲੋ ਵਿੱਚ ਗਾਇਆ ਜਾਂਦਾ ਹੈ ਜਿਸ ਨਾਲ ਦੋਸਤੋ ਅਨ ਪਾਠਕ ਅਤੇ ਸਰੋਤੇ ਇੱਕ ਅਨੋਖਾ ਉਤਸ਼ਾਹ ਅਨੁਭਵ ਕਰਦੇ ਨਾਇਕਾ ਨੂੰ ਦੋਸਤੋ ਇੱਕ ਆਦਰਸ਼ ਯੋद्धा ਦੋਸਤੋ ਜਿਹੜਾ ਹੈਗਾ ਵਾ ਸਵੀਕਾਰ ਕਰਨ ਲੱਗ ਪੈਂਦਾ ਹੈ ਇਸ ਨਾਲ ਦੋਸਤੋ ਉਹਨਾਂ ਅੰਦਰ ਵੀ ਨਾਇਕ ਵਰਗੇ ਦੋਸਤੋ ਜਿਹੜੇ ਹੈਗੇ ਭਾਵ ਉਜਾਗਰ ਜਿਹੜੇ ਹੁੰਦੇ ਹਨ ਠੀਕ ਹੈ ਜੀ ਤੇ ਉਹ ਦੋਸਤੋਂ ਨਾਇਕ ਵਾਗ ਦੁਸ਼ਮਨ ਯੁੱਧ ਕਰਨ ਲਈ ਦੋਸਤੋਂ ਜਿਹੜਾ ਹੈਗਾ ਵਾ ਲੜ ਮਰਨ ਲਈ ਤਿਆਰ ਹੋ ਜਾਂਦੇ ਹਨ ਇਸ ਧਾਰਾ ਦੀ ਸਭ ਤੋਂ ਵੱਡੀ ਪ੍ਰਾਪਤੀ ਲੋਕਾਂ ਅੰਦਰ ਦੋਸਤੋਂ ਜਿਹੜੀ ਹੈਗੀ ਆ ਆਪਣੀ ਬਿਰਤਾ ਤੇ ਦੋਸਤੋਂ ਦਿੜਤਾ ਪੈਦਾ ਕਰਨਾ ਹੈ ਸਪਸ਼ਟ ਜਿਹਾ ਵਾ ਦੇਖੋ ਦੋਸਤੋਂ ਉਨਕੀ ਆ ਕਿ ਵੀਰ ਕਵਤਾਰਾ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਹ ਸੀ ਕਿ ਇਸ ਨੇ ਜਿਹੜਾ ਹਕਮ ਵੱਲੋਂ ਜਿਹੜੇ ਹੈਗੇ ਦਬੇ ਕੁਚਲੇ ਲੋਕਾਂ ਦੇ ਅੰਦਰ ਉਤਸ਼ਾਹ ਅਤੇ ਜ਼ਾਲਮ ਵਿਰੁੱਧ ਜਿਹੜਾ ਹੈਗਾ ਲੜਨ ਦਾ ਜਜ਼ਬਾ ਪੈਦਾ ਕੀਤਾ ਤੇ ਆਮ ਲੋਕਾਂ ਨੂੰ ਦੋਸਤੋਂ ਕੀ ਹੈ ਸ਼ਸਤਰਧਾਰੀ ਹੋ ਕੇ ਆਪਣੇ ਹੱਕਾਂ ਲਈ ਦੋਸਤੋਂ ਜ ਅੱਗੇ ਹੈ ਦੋਸਤੋ ਤੁਹਾਡਾ 6ਵਾਂ ਪ੍ਰਸ਼ਨ ਆਪ ਵਿੱਤਿਆ ਪਾਠ ਪੁਸਤਕ ਵਿੱਚੋਂ ਪੁੱਛੇ ਕਿਸੇ ਦੋ ਪ੍ਰਸ਼ਨਾਂ ਦਾ ਸੰਖੇਪ ਵਿੱਚ ਉੱਤਰ ਦਿਓ ਤਾਂ ਦੇਖੋ ਸਿੰਬਾ ਲੇਖਕ ਨੂੰ ਸ਼ਾਮ ਦੀ ਸਹਿਰ ਲੇ ਜਾਣ ਲਈ ਦੋਸਤੋ ਜਿਹੜਾ ਹੈਗਾ ਵਾ ਕਹਨ ਸਮੇਂ ਦੋਸਤੋ ਕਿਹੋ ਜੀ ਹਰਕਤਾਂ ਕਰਦਾ ਸੀ ਤਾਂ ਇਸ ਦਾ ਅਨਸਰ ਵੀ ਦੇਖ ਲੈਣਾ ਤਾਂ ਦੋਸਤੋ ਆਹੀ ਸੇਮ ਪ੍ਰਸ਼ਨ ਹੈ ਕਿਹੋ ਜੀ ਹਰਕਤਾਂ ਕਰਦਾ ਸੀ ਤਾਂ ਦੇਖੋ ਸਿੰਬਾ ਸਾਹਮਣੂ ਆਪਣਾ ਸਿਰਲੇਖਕ ਦੀ ਗੋਦੀ ਵਿੱਚ ਰੱਖ ਦਿੰਦਾ ਜਦੋਂ ਲੇਖਕ ਕਹਿੰਦਾ ਕਿ ਹਲੇ ਨਹੀਂ ਤਾਂ ਉਹ ਆਪਣੀ ਜਿਹੜੀ ਹੈਗੀ ਸੰਗਲੀ ਲਿਆ ਕੇ ਲੇਖਕ ਦੇ ਪੈਰਾਂ ਵਿੱਚ ਰੱਖ ਦਿੰਦਾ ਜਦੋਂ ਲੇਖਕ ਉਸ ਨੂੰ ਕਾਲਾ ਨਾਂ ਪਹਿਣ ਬਾਰੇ ਕਹਿੰਦਾ ਤਾਂ ਉਹ ਲੇਖਕ ਦੀ ਛੁੱਟੀ ਲਿਆ ਕੇ ਜਿਹੜੀ ਕਿਤਾਬ ਉਹ ਪੜ ਰਿਹਾ ਹੁੰਦਾ ਹੈ ਉਸ ਉੱਪਰ ਛੁੱਟੀ ਦਿੰਦਾ ਫਿਰ ਲੇਖਕ ਦੋਸਤੋ ਕਿ ਕਿ ਲੇਖਕ ਕੋਲ ਕੋਈ ਚਾਰਾ ਨਹੀਂ ਹੁੰਦਾ ਹੈ ਤਾਂ ਉਹ ਸਿੰਬਾ ਨੂੰ ਜਿਹੜਾ ਹੈਗਾ ਸੈਰ ਉੱਤੇ ਲੈ ਜਾਂਦਾ ਹੈ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਦੇਖੋ ਇਹਦੇ ਨਾਲ ਹੀ ਕਿ ਭਈ ਜਿਹੜਾ ਹੈਗਾ ਤੇਜਾ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਹੈਗੇ ਨੇ ਔਕੜ ਆਈਆਂ ਤਾਂ ਉਸਨੇ ਇਹਨਾਂ ਨੂੰ ਕਿਵੇਂ ਹੱਲ ਕੀਤਾ ਤਾਂ ਦੋਸਤੋ ਦੇਖੋ ਇਸ ਦਾ ਆਨਸਰ ਦੇਖ ਲੈਣੇ ਆ ਤਾਂ ਦੋਸਤੋ ਪੈਸੇ ਦੀ ਨਾ ਜਿਹੜੀ ਕਮੀ ਕਰਦੇ ਅੱਗੇ ਜਿਹੜਾ ਹੈਗਾ ਵਾ ਪੜਾ ਨਹੀਂ ਸਕਦੇ ਸਨ ਠੀਕ ਹੈ ਜੀ ਤਾਂ ਇੱਥੇ ਦੋਸਤੋ ਇਸ ਦਾ ਪ੍ਰਸ਼ਨ ਹਾਂਜੀ ਪੈਸੇ ਦੀ ਕਮੀ ਕਰਕੇ ਪੜਾ ਨਹੀਂ ਸਕਦੇ ਸਨ ਠੀਕ ਹੈ ਤਾਂ ਇਸ ਲਈ ਮਸਤ ਹੋਇਆ ਜਿਹੜਾ ਹੈਗਾ ਤੇਜਾ ਸਿੰਘ ਦੋ ਪੈਸੇ ਲੈ ਕੇ ਰਾਵਲਪਿੰਡੀ ਵੱਲ ਘਰਦਿਆਂ ਤੋਂ ਚੋਰੀ ਤੁਰ ਪਿਆ ਆਪਣੀ ਪੜ੍ਹਾਈ ਲਈ ਦੋਸਤੋ ਨੌਕਰ ਬਣੇ ਠੀਕ ਹੈ ਜੀ ਪਾਣੀ ਇੱਤੋਂ ਆਇਆ ਤੇ ਭਾਂਡੇ ਮਾਜੇ ਕੱਪੜੇ ਤੋਂ ਤੇ ਬਜ਼ੁਰਗ ਦੀ ਮੁਠੀ ਚਾਪੀ ਕੀਤੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਹੋਰ ਕੀ ਇਹਨਾਂ ਨੇ ਹਾਂ ਮਿਡਲ ਦਾ ਇਮਤਿਹਾਨ ਦੋਸਤੋ ਰਾਵਲਪਿੰਡੀ ਜਿਹੜਾ ਹੈਗਾ ਵਾ ਰਾਵਲਪਿੰਡੀ ਡਿਵੀਜ਼ਨ ਵਿੱਚ ਜਿਹੜਾ ਹੈਗਾ ਅੱਬਾ ਲਾ ਕੇ ਦੋਸਤੋ ਪਾਸ ਕੀਤਾ ਜਿਸ ਕਾਰਨ ਵਜੀਫਾ ਲੱਗ ਗਿਆ ਤੇਜਾ ਸਿੰਘ ਦੋਸਤੋ ਅਗਲੀ ਪੜਾਈ ਲਈ ਰਾਵਲਪਿੰਡੀ ਤੋਂ ਅੰਮ੍ਰਿਤਸਰ ਜਿਹੜਾ ਹੈਗਾ ਵਾ ਆ ਗਿਆ ਤਾਂ ਇਸ ਤਰ੍ਹਾਂ ਦੋਸਤੋ ਤੁਸੀਂ ਇਸ ਦਾ ਅਨਸਰ ਲਿਖ ਦੇਣਾ ਵਾ ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ ਕੀ ਭਾਈ ਤੁਹਾਡਾ ਜਿਹੜਾ ਹੈਗਾ 7ਵਾਂ ਪ੍ਰਸ਼ਨ ਕਿ ਸਹਿਤ ਬੋਧ ਪਾਠ ਪੁਸਤਕ ਵਿੱਚ ਪੁੱਛੇਗਾ ਕਿਸੇ ਇੱਕ ਸਹਿਤ ਰੂਪ ਬਾਰੇ ਜਿਹੜਾ ਹੈਗਾ ਨੋਟ ਲਿਖੋ 7 ਮਾਰਕਸ ਦੀ ਇਹ ਆਉਣੀ ਆ ਤਾਂ ਦੇਖੋ ਕਵਿਤਾ ਜੀਵਨੀ ਇਕਾਂਗੀ ਤਾਂ ਦੋਸਤੋ ਆਪਾਂ ਤਿੰਨੋਂ ਹੀ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਇਹ ਕਵਿਤਾ ਵਾਲਾ ਦੇਖ ਲੈਨੇ ਆ ਤਾਂ ਦੋਸਤੋ ਦੇਖੋ ਕਵਿਤਾ ਦਾ ਜਨਮ ਹੈਗਾ ਹਰ ਸਾਹਿਤ ਵਿੱਚ ਵਰਤਕ ਤੋਂ ਪਹਿਲਾਂ ਹੁੰਦਾ ਹੈ ਕਵਿਤਾ ਜਿਹੜਾ ਹੈਗਾ ਕਵੀ ਦੇ ਹਿਰਦੇ ਵਿੱਚ ਆਪ ਮੁਹਾਰੇ ਫੁੱਟਦੀ ਹੈ ਠੀਕ ਹੈ ਜੀ ਆਪ ਮੁਹਾਰੇ ਹੀ ਇੱਕ ਵਹਾ ਅੰਦਰ ਤੁਰੀ ਜਾਂਦੀ ਹੈ ਠੀਕ ਹੈ ਤਾਂ ਦੇਖੋ ਦੋਸਤੋ ਸਭੀ ਵਰਣ ਅਨੁਸਾਰ ਕਵਿਤਾ ਮਨੁੱਖ ਦੀ ਆਤਮਾ ਦੀ ਆਵਾਜ਼ ਹੁੰਦੀ ਹੈ ਸੋਲੇ ਦੀ ਸ਼ਬਦਾ ਦੇ ਵਿੱਚ ਦੋਸਤੋ ਕਵਿਤਾ ਸੰਸਾਰ ਦੀ ਛੁਪੀ ਸੁੰਦਰਤਾ ਤੋਂ ਪਰਦਾ ਉਠਾਉਂਦੀ ਹੈ ਅਤੇ ਜਾਣਿਆ ਪਛਾਣਾ ਚੀਜ਼ਾਂ ਨੂੰ ਦੋਸਤੋ ਜਹੀ ਸ਼ਕਲ ਦਿੰਦੀ ਹੈ ਜਿਵੇਂ ਉਹ ਜਾਣਿਆ ਪਛਾਣੀਆਂ ਨਾ ਹੋਣ ਠੀਕ ਹੈ ਜੀ ਤਾਂ ਇਹ ਦੋਨੋਂ ਅਲੱਗ-ਅਲੱਗ ਇਹਨਾਂ ਦੀ ਜਿਹੜੀ ਹੈਗੇ ਨੇ ਡੈਫੀਨੇਸ਼ਨਾਂ ਨੇ ਇਹ ਤੁਸੀਂ ਦੇਖ ਲਿਓ ਕੋਈ ਇੱਕ ਕਰ ਲਿਓ ਦੇ ਵਿੱਚ ਅੱਗੇ ਦੋਸਤੋ ਪ੍ਰੋਫੈਸਰ ਪੂਰਨ ਸਿੰਘ ਦੇ ਅਨੁਸਾਰ ਕੀ ਹੈ ਕਵਿਤਾ ਦੇਖੋ ਉਹਨਾਂ ਦੇ ਅਨੁਸਾਰ ਦੋਸਤੋ ਪਿਆਰ ਵਿੱਚ ਦੋਸਤੋ ਮੋਹ ਬੰ ਤੇ ਸੱਚ ਤੇ ਦੋਸਤੋ ਪਰਮਾਤਮਾ ਤੱਕ ਪਹੁੰਚਣ ਦਾ ਸਾਧਨ ਸਮਝਿਆ ਜਾਂਦਾ ਹੈ ਤਾਂ ਦੇਖੋ ਦੋਸਤੋ ਕਿ ਇਹਦੇ ਵਿੱਚ ਸਦੀਵੀ ਪੰਦੀ ਤਲਾਸ਼ ਕਵਿਤਾ ਰਹੀ ਦੋਸਤੋ ਹੋ ਸਕਦੀ ਹੈ ਕਵਿਤਾ ਦੇ ਤੱਤ ਦੇਖੋ ਕਲਪਨਾ ਕਵਿਤਾ ਦੇ ਦੋਸਤੋ ਤੱਤ ਅੰਦਰ ਪਹਿਲਾ ਸਥਾਨ ਕਲਪਨਾ ਦਾ ਹੈ ਠੀਕ ਹੈ ਜੀ ਕਵੀ ਆਪਣੀ ਦੋਸਤੋ ਜਿਹੜੀ ਹੈਗੀਆ ਖਿਆਲ ਉਡਾਰੀ ਰਾਹੀਂ ਉੱਥੇ ਪਹੁੰਚ ਸਕਦਾ ਹੈ ਜਿੱਥੇ ਦੋਸਤੋ ਆਮ ਇਨਸਾਨ ਜਿਹੜਾ ਹੈਗਾ ਪਹੁੰਚਣ ਦੀ ਸੋਚ ਵੀ ਨਹੀਂ ਸਕਦਾ ਠੀਕ ਹੈ ਜੀ ਕਵੀ ਆਪਣੀ ਕਲਪਨਾ ਰਹੀਂ ਦੋਸਤੋ ਘਟਨਾਵਾਂ ਜਾਂ ਫਿਰ ਚੀਜ਼ਾਂ ਦੇ ਡੂੰਗੇ ਜਿਹੜੇ ਕਿ ਅਰਥ ਤਲਾਸ਼ ਕਰ ਲੈਂਦਾ ਹੈ ਉਹ ਆਲੇ-ਦੁਆਲੇ ਤੇ ਜੀਵਨ ਦੀਆਂ ਡੂੰਗੀਆਂ ਸੱਚਾਈਆਂ ਦੀ ਤਲਾਸ਼ ਕਰਕੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਂਦਾ ਹੈ ਅੱਗੇ ਦੋਸਤੋ ਆਪਣਾ ਜਜ਼ਬਾ ਤੇ ਬਲਬਲਾ ਤਾਂ ਦੇਖੋ ਕਵਿਤਾ ਵਿਅਕਤੀ ਦੇ ਦੋਸਤੋ ਮਨ ਅੰਦਰਲੇ ਜਿਹੜੇ ਹੈਗਾ ਬਲਬਲਿਆ ਤੇ ਜਜ਼ਬਿਆਂ ਦਾ ਜਿਹੜਾ ਹੈਗਾ ਪ੍ਰਗਟਾ ਹੁੰਦੀ ਹੈ ਠੀਕ ਹੈ ਜੀ ਜਿਹੜੀ ਕਵਿਤਾ ਦੋਸਤੋ ਜਿਹੜੀ ਹੈਗੀ ਆ ਜਜ਼ਬੇ ਦੇ ਪੱਖ ਤੋਂ ਕਮਜ਼ੋਰ ਹੁੰਦੀ ਹੈ ਉਸ ਦਾ ਪੱਦਰ ਦੋਸਤੋ ਕਦੇ ਵੀ ਉੱਚਾ ਨਹੀਂ है ठीक है जी तो नहीं हो रहा ठीक है ते जिन्ना ज़्यादा कोई दोस्तों जज्बाती हूँ है ठीक है जी उन्ना चंगा ही जो है कविता लिख सकता है तो दोस्तों अगे की है कि ताल रिदम तो ता दोस्तों कविता अंदर ताल रिदम जोड़ा है महत्वपूर्ण स्थान होंगे है यह दोस्तों रिधम के सहारे तो बिना स्रोते ज पाठक दोस्तों अपील नहीं कर सकती है कविता बारे दोस्तों यह कहा जाता है कि यह छंद तो बिना चंकी लग सकती है पर दोस्तों रिदम तो बिना ਚੱਲ ਨਹੀਂ ਸਕਦੀ ਅੱਗੇ ਦੋਸਤੋ ਪ੍ਰਵਾਹਤਾ ਕਵਿਤਾ ਅੰਦਰ ਦੋਸਤੋ ਪ੍ਰਵਾਹ ਹੋਣਾ ਜ਼ਰੂਰੀ ਹੈ ਇਸ ਨੂੰ ਪੜਨ ਤੇ ਮਹਿਸੂਸ ਹੋਵੇ ਕਿ ਕੋਈ ਨਦੀ ਜਾਂ ਫਿਰ ਝਰਨਾ ਆਪਣੇ ਜਿਹੜਾ ਹੈਗਾ ਕੁਦਰਤੀ ਬਹਾ ਵਿੱਚ ਬਿਨਾਂ ਰੁਕ ਟੋਕ ਤੁਰਿਆ ਜਾਂਦਾ ਹੈ ਜਿਸ ਕਵਿਤਾ ਆਪ ਮਹਾਰਣਪੁਰ ਨਹੀਂ ਹੁੰਦਾ ਉਹ ਕਵਿਤਾ ਕਦੇ ਵੀ ਦੋਸਤੋ ਉੱਚੇ ਦਰਜੀ ਦੀ ਨਹੀਂ ਹੋ ਸਕਦੀ ਅੱਗੇ ਦੋਸਤੋ ਬਿੰਬ ਕਵਿਤਾ ਵਿੱਚ ਦੋਸਤੋ ਬਿੰਬ ਹੋਣਾ ਵੀ ਬਹੁਤ ਹੀ ਜਿਹੜਾ ਹੈਗਾ ਜ਼ਰੂਰੀ ਹੈ ਠੀਕ ਹੈ ਜੀ ਥੋੜਾ ਕਹਿ ਕੇ ਦੋਸਤੋ ਢੂੰਗਾਈ ਵਿੱਚ ਜਾ ਕੇ ਗੱਲ ਸਮਝਾਉਣ ਲਈ ਅੱਖਾਂ ਦੇ ਸਾਹਮਣੇ ਕਿਸੇ ਘਟਨਾ ਦਾ ਚਿੱਤਰ ਖਿੱਚ ਦੇਣ ਲਈ ਖਿੱਚ ਦੇਣ ਲਈ ਦੋਸਤੋ ਬਿੰਬ ਦੀ ਲੋੜ ਹੁੰਦੀ ਹੈ ਬਿੰਬ ਜਿਹੜੀ ਹੈਗੇ ਆਪਣੀਆਂ ਦੋਸਤੋਂ ਇੰਦਰੀਆਂ ਦੇ ਮਾਧਿਅਮ ਰਾਹੀਂ ਦੋਸਤੋਂ ਇਹ ਆਤਮਿਕ ਅਤੇ ਬੌਧਿਕ ਸਚਾਈਆਂ ਉੱਪਰ ਪਹੁੰਚਣ ਦਾ ਮਾਰਗ ਹੁੰਦਾ ਹੈ ਸ਼ੇਖ ਫਰੀਦ ਜੀ ਨੇ ਦੋਸਤੋਂ ਜਿਹੜਾ ਹੈਗਾ ਵਾ ਬਗਲਾ ਬਿੰਬ ਰਾਹੀਂ ਆਪਣੀ ਕਪੱਟੀ ਮਨੁੱਖ ਨੂੰ ਜਿਹੜਾ ਹੈਗਾ ਵਾ ਜਿਹੜਾ ਹੈਗਾ ਦੋਸਤੋ ਆਪਣਾ ਚਿੱਤਰਿਆ ਹੈ ਠੀਕ ਹੈ ਜੀ ਅੱਗੇ ਹੈ ਦੋਸਤੋ ਆਪਣਾ ਕਿ ਪੰਜਾਬ ਦੇ ਜਿਹੜੇ ਹੈਗੇ ਮੁੱਖ ਕਵੀ ਕਿਨੇ ਇਹਦੇ ਨਾਲ ਹੀ ਆਏ ਵੀ ਪ੍ਰਸ਼ਨ ਦਾ ਉੱਤਰ ਹੀ ਆਏ ਵੀ ਇਹਦੇ ਨਾਲ ਹੀ ਲਿਖ ਦਿਓ ਤਾਂ ਦੇਖੋ ਸੂਫੀ ਕਾਵਿ ਕਵੀ ਜਿਹੜੇ ਹੈਗੇ ਬਾਬਾ ਫਰੀਦ ਠੀਕ ਹੈ ਜੀ ਸ਼ਾਹੂ ਸਿੰਘ ਬੁੱੱਲੇ ਸ਼ਾਹ ਗੁਰੂ ਕਾਵਿ ਪਰੰਪਰਾ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਕਿੱਸਾ ਕਾਵਿ ਪਰੰਪਰਾ ਦੇ ਵਿੱਚ ਦੋਸਤੋ ਦਮੋਦਰ ਪਿੱਲੂ ਬਾਰਿਸ਼ਾ ਹਾਸ਼ਮ ਸਾਹ ਠੀਕ ਹੈ ਜੀ ਤੇ ਆਪਣਾ ਵੀਰ ਕਾ ਪਰੰਪਰਾ ਦੇ ਵਿੱਚ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਨਜਾਬਤ ਤੇ ਸ਼ਾਹ ਮੁਹੰਮਦ ਆਧੁਨਿਕ ਕਵਿਤਾ ਵਿੱਚ ਦੋਸਤੋ ਭਾਈ ਵੀਰ ਸਿੰਘ ਤਨੀਰਾਮ ਚਤਰਿਕ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਅਮ੍ਰਿਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਬਾਬਾ ਬਲਵੰਤ ਹਰਪਜਨ ਸਿੰਘ ਅੱਗੇ ਦੋਸਤੋ ਪਾਸ਼ ਅਤੇ ਸੁਰਜੀਤ ਪਾਤਰ ਆਦਿ ਵਿਸ਼ੇਸ਼ ਨਾਂ ਹਨ ਜੋ ਕਿ ਦੋਸਤੋ ਕਵਿਤਾ ਮਾਧਿ ਜਿਹੜੇ ਹੈਗੇ ਮੇਨ ਕਵੀ ਹਨ ਠੀਕ ਹੈ ਜੀ ਤਾਂ ਇਹ ਹੋ ਗਿਆ ਦੋਸਤੋ ਹੁਣ ਅਗਲਾ ਹੈ ਆਪਣਾ ਜੀਵਨੀ ਤਾਂ ਦੋਸਤੋ ਜੀਵਨੀ ਦਾ ਵੀ ਦੇਖ ਲੈਨੇ ਆ ਤਾਂ ਦੇਖੋ ਦੋਸਤੋ ਜੀਵਨੀ ਜੀਵਨੀ ਕੀ ਹੈ ਦੋਸਤੋ ਜੀਵਨੀ ਜਿਹੜਾ ਹੈਗਾ ਵਾ ਵਰਤਕ ਦਾ ਜਿਹੜਾ ਹੈਗਾ ਪੁਰਾਣਾ ਰੂਪ ਹੈ ਠੀਕ ਹੈ ਜੀ ਗੁਰੂ ਦੇ ਚੇਲੇ ਦਾ ਰਿਸ਼ਤਾ ਧਾਰਮਿਕ ਸ਼ਰਧਾ ਵਿੱਚ ਦੋਸਤੋ ਪਕੇਰਾ ਸੀ ਠੀਕ ਹੈ ਸੁਜਵਨ ਵਿੱਚ ਆਪਣੇ ਗੁਰੂਆਂ ਦੇ ਕਾਰਨਾਮਿਆਂ ਤੇ ਦੋਸਤੋ ਜਿਹੜਾ ਹੈਗਾ ਵਾ ਮਹੀਮਾ ਨੂੰ ਵਰਤਕ ਰਹੀ ਦੋਸਤੋ ਕਾਨੀ ਬੰਦ ਕਰਦੇ ਸਨ ਪੰਜਾਬੀ ਸਾਹਿਤ ਵਿੱਚ ਦੋਸਤੋ ਜਨਮ ਸਾਖੀ ਸਹਿਤਾ ਪਰਚੀਆਂ ਰੇਖਾ ਚਿੱਤਰ ਜੀਵਨੀਆਂ ਸਵੈ ਜੀਵਨੀਆਂ ਡਾਇਰੀ ਜਫਰ ਸਫਰਨਾਮਾ ਮੁਲਾਕਾਤ ਤੇ ਫਿਚਰ ਦੋਸਤੋ ਜਿਹੜੇ ਹੈਗੇ ਆ ਆਦਿਸੀ ਰੁਚੀ ਅਧੀਨ ਹੀ ਲਿਖਿਆ ਹੋਇਆ ਇੱਕ विभर्तक साहित्य है दोस्तों आगे है दोस्तों कि परंतु जीवन कलादा साहित्य कला नाल जो नवा गठबंधन पैदा हुआ है ਉਹ ਅਜਕੇ ਯੁੱਗ ਅਜੋਕੇ ਯੁੱਗ ਦੀ ਦੋਸਤੋ ਹੀ ਦੇਣਾ ਹੈ ਇਹ ਕਾਰਨ ਹੈ ਕਿ ਜੀਵਨੀ ਦੇ ਦੂਨਿਕ ਰੂਪ ਬਾਰੇ ਭਾਰਤ ਵਿੱਚ ਚਰਚਾ ਨਾ ਦੇ ਬਰਾਬਰ ਹੀ ਹੈ ਠੀਕ ਹੈ ਜੀ ਪੱਛਮੀ ਵਿਦਵਾਨਾਂ ਨੇ ਹੀ ਦੋਸਤੋ ਜਿਹੜਾ ਹੈਗਾ ਜੀਵਨੀ ਦੇ ਕਲਾਤਮਕ ਰੂਪ ਨੂੰ ਨਿਖਾਰਨ ਤੇ ਉਭਾਰਨ ਵਿੱਚ ਜਿਹੜਾ ਹੈਗਾ ਯਤਨ ਕੀਤਾ ਹੈ ਪਰਿਭਾਸ਼ਾ ਦੇਖੋ ਦੋਸਤੋ ਆਮ ਸੰਕਲਪ ਦੇ ਅਨੁਸਾਰ ਜੀਵਨੀ ਕਿਸੇ ਖਾਸ ਵਿਅਕਤੀ ਜਾਂ ਫਿਰ ਦੋਸਤੋ ਜੀਵਨ ਵਿਰਤਾਂਤ ਹੀ ਹੈ ਠੀਕ ਹੈ ਜੀ ਪਰ ਜੀਵਨੀ ਕਿਸੇ ਮਹਾਪੁਰਸ਼ ਦੇ ਜੀਵਨ ਚਰਿੱਤਰ ਦਾ ਇਸ ਦੇ ਪ੍ਰਕਾਰ ਵਰਣਨ ਹੁੰਦਾ ਹੈ ਜੋ ਆਮ ਲੋਕਾਂ ਲਈ ਇੱਕ ਰੋਸ਼ਨ ਮਨਾਰਾ ਬਣ ਕੇ ਆਦਰਸ਼ ਨਮੂਨਾ ਸਥਾਪਿਤ ਕਰ ਸਕੇ ਇਸ ਵਿੱਚ ਦੋਸਤੋ ਵਿਸ਼ੇਸ਼ ਵਿਅਕਤੀ ਦੇ ਅੰਦਰਲੇ ਜੀਵਨ ਤੇ ਬਾਹਰਲੇ ਜੀਵਨ ਦੋਹਾਂ ਦਾ ਦੋਸਤੋ ਜਿਹੜਾ ਹੈਗਾ ਲਿਖਾਚੁੱਕਾ ਪੇਸ਼ ਕੀਤਾ ਜਾਂਦਾ ਹੈ ਆਮ ਤੌਰ ਤੇ ਦੋਸਤੋ ਜੀਵਨੀ ਵਿੱਚ ਜਿਹੜਾ ਹੈਗਾ ਵਾ ਨਾਇਕ ਦੀ ਦੋਸਤੋ ਸਾਰੀ ਜ਼ਿੰਦਗੀ ਦੇ ਕਾਰਜਾਂ ਦਾ ਵਰਣਨ ਹੁੰਦਾ ਹੈ ਪਰ ਕਦੇ-ਕਦੇ ਜਿਹੜਾ ਹੈਗਾ ਕਿਸੇ ਆਦਰਸ਼ ਨਾਇਕ ਦੇ ਜਿਉਂਦੇ ਜੀ ਦੋਸਤੋ ਉਸ ਦੇ ਜੀਵਨ ਦੇ ਕਿਸੇ ਇੱਕ ਹਿੱਸੇ ਵੀ ਜਿਹੜੀ ਹੈਗਾ ਚਰਚਾ ਹੋ ਸਕਦੀ ਹੈ अनेका ਲੋਕਾਂ ਦੀਆਂ ਜੀਵਨੀਆਂ ਉਹਨਾਂ ਦੀ ਜਿੰਦਗੀ ਦੇ ਸਮੇਂ ਹੀ ਲਿਖੀਆਂ ਗਈਆਂ ਸਨ ਇਸ ਲਈ ਜੀਆਂ ਜੀਵਨੀਆਂ ਵਿੱਚ ਦੋਸਤੋ ਸੰਪੂਰਨ ਜੀਵਨ ਦਾ ਵਰਤਾਂਤ ਦੇਣਾ ਸੰਭਵ ਨਹੀਂ ਹੋ ਸਕਦਾ ਹੈ ਠੀਕ ਹੈ ਜੀ ਹੁਣ ਅਗਲਾ ਦੋਸਤੋ ਦੇਖ ਲੈਨੇ ਆ ਕੀ ਹੈ ਤਾਂ ਦੋਸਤੋ ਅਗਲਾ ਆਪਣਾ ਹੈਗਾ ਵੇ ਇਹਦੇ ਵਿੱਚ ਕਿ ਇਕੰਗੀ ਬਾਰੇ ਦੱਸੋ ਤਾਂ ਦੋਸਤੋ ਇਕੰਗੀ ਬਾਰੇ ਵੀ ਦੇਖ ਲੈਨੇ ਆ ਤਾਂ ਦੇਖੋ ਦੋਸਤੋ ਇਕੰਗੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਜਿਹੜੇ ਹੈਗੇ ਆ ਸ਼ਬਦ ਐਕਟ ਤੋਂ ਬਣਿਆ ਹੈ ਠੀਕ ਹੈ ਜਿਸ ਦਾ ਅਰਥ ਹੈ ਕਿ ਇੱਕੋ ਅੰਕ ਸੰਪੰਨ ਹੋਣ ਵਾਲਾ ਨਾਟਕ ਵਾਸਤਵ ਵਿੱਚ ਇਕਾਂਗੀ ਨਾਟਕ ਸਹਿਤ ਦਾ ਇੱਕ ਜਿਹੜਾ ਹੈਗਾ ਸੁਤੰਤਰਤ ਰੂਪ ਹੈ ਜਿਸ ਦਾ ਸਮੁੱਚਾ ਪ੍ਰਭਾਵ ਬਹੁ ਅੰਗੀ ਨਾਟਕ ਵੱਲੋਂ ਸਿੱਖਣ ਤੇ ਡੂੰਗਾ ਹੈ ਠੀਕ ਹੈ ਜੀ ਇਸ ਦਾ ਜਨਮ ਜਿਹੜਾ ਹੈਗਾ ਆਧੁਨਿਕ ਯੁੱਗ ਵਿੱਚ 19ਵੀਂ ਸਦੀ ਦੇ ਅੰਤਿਮ ਦਹਾਕੇ ਵਿੱਚ ਹੋਇਆ ਹੈ ਇਕਾਂਗੀ ਥੋੜੇ ਹੀ ਸਮੇਂ ਵਿੱਚ ਸਹਿਤਕ ਖੇਤਰ ਵਿੱਚ ਨਾਟਕ ਦੇ ਸਨਮਾਨ ਪੂਰੀ ਤਰ੍ਹਾਂ ਦੋਸਤੋ ਜਿਹੜੇ ਹੈਗਾ ਪ੍ਰਮਾਣਿਕ ਰੂਪ ਵਿੱਚ ਸਥਾਪਿਤ ਹੋ ਗਿਆ ਹੈ ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਫਿਰ ਦੋਸਤੋ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਰਾਹੀਂ ਪ੍ਰਭਾਵ ਤੇ ਕਾਰਜ ਦੀ ਇਕਤਾ ਕਾਇਮ ਰੱਖਦੇ ਹੋਏ ਦੋਸਤੋ ਸੀਮਿਤ ਸਮੇਂ ਵਿੱਚ ਰੰਗ ਬੰਚੀ ਉੱਤੇ ਦੋਸਤੋ ਜਿਹੜਾ ਹੈਗਾ ਵਾ ਸਰਕਾਰ ਕਰਦਾ ਹੈ ਤੇ ਦੋਸਤੋ ਅੱਗੇ ਦੇਖ ਲਓ ਕੀ ਲਿਖਿਆ ਇਹਨਾਂ ਨੇ ਕਿ ਵਿਸ਼ਾ ਵਸਤੂ ਤਾਂ ਦੇਖੋ ਦੋਸਤੋ ਵਿਸ਼ਾ ਵਸਤੂ ਕੀ ਹੈ ਵਿਸ਼ਾ ਇਕਾਂਗੀ ਦਾ ਉਹ ਪੂਤੂਰਾ ਹੈ ਜਿਸ ਦੇ ਦੁਆਲੇ ਦੋਸਤੋ ਸਮੁੱਚੇ ਤਤਾਂ ਦਾ ਤਾਣਾ ਬਾਣਾ ਤਿਆਰ ਹੁੰਦਾ ਹੈ ਇਕਾਂਗੀ ਦਾ ਵਿਸ਼ਾ ਅਸਲ ਜੀਵਨ ਨਾਲ ਦੋਸਤੋ ਜੁੜਿਆ ਹੁੰਦਾ ਹੈ ਪਰ ਇਹ ਗੱਲ ਔਖੋ ਔਲੇ ਨਹੀਂ ਕੀਤੀ ਜਾ ਸਕਦੀ ਕਿ ਇਕਾਂਗੀ ਵਿੱਚ ਜੀਵਨ ਦੀ ਕੇਵਲ ਇੱਕੋ ਹੀ ਦੋਸਤੋ ਮੁੱਖ ਘਟਨਾ ਲਈ ਥਾਂ ਹੁੰਦੀ ਹੈ ਕਿਉਂਕਿ ਇਕਾਂਗੀ ਦਾ ਜਿਹੜਾ ਹੈਗਾ ਵਾ ਆਕਾਰ ਬੜਾ ਹੀ ਦੋਸਤੋ ਜਿਹੜਾ ਹੈਗਾ ਵਾ 16 ਤੇ ਦੋਸਤੋ ਸਮਾਂ ਹੀ ਬੜਾ ਸੀਮਿਤ ਹੁੰਦਾ ਹੈ ਠੀਕ ਹੈ ਜੀ ਅੱਗੇ ਦੋਸਤੋ ਆਪਣਾ ਕਥਾਨਕ ਤਾਂ ਦੇਖੋ ਕਥਾਨਕ ਇਕਾਂਗੀ ਦਾ ਜਿਹੜੀ ਹੈਗੀ ਆ ਆਧਾਰ ਇਹ ਸ਼ੀਲਾ ਹੈ ਇਕਾਂਗੀ ਦੀ ਦੋਸਤੋ ਗੁੰਦ ਜਾਂ ਫਿਰ ਦੋਸਤੋ ਕਥਾਨਕ ਬਹੁਤ ਹੀ ਪੇਚੀਦਾ ਨਹੀਂ ਹੁੰਦਾ ਹੈ ਨਾ ਹੀ ਦੋਸਤੋ ਇੱਕ ਤੋਂ ਵੱਧ ਪਲਾਟਾਂ ਨੂੰ ਸੰਭਾਲ ਸਕਦਾ ਹੈ ਆਰੰਭ ਤੋਂ ਲੈ ਕੇ ਦੋਸਤੋ ਅੰਤ ਤੱਕ ਕਥਾ ਲੜੀ ਦੀ ਰੋਚਕਤਾ ਨੂੰ ਦੋਸਤੋ ਕਾਇਮ ਰੱਖਿਆ ਜਾਂਦਾ ਹੈ ਇਕਾਂਗੀ ਇਕਾਂਗੀ ਸਿਖਰ ਤੇ ਪਹੁੰਚ ਕੇ ਦੋਸਤੋ ਵਿਸ਼ੇਸ਼ ਨਾਟਕੀ ਘਟਨਾ ਨੂੰ ਰੂਪਮਾਨ ਕਰਦਾ ਹੈ ਇਕਾਂਗੀ ਦਾ ਅੰਤ ਦੋਸਤੋ ਬਹੁ ਅੰਗੀ ਨਾਟਕ ਵੰਗ ਸਪਸ਼ਟ ਤੇ ਵਿਆਖਿਆ ਭਰਪੂਰ ਨਹੀਂ ਸਗੋ ਦੋਸਤੋ ਸੁਝਾਉ ਹੋ ਜਾਂਦਾ ਹੈ ਇਕਾਂਗੀ ਦੀ ਦੋਸਤੋ ਜਿਹੜੀ ਹੈਗੀ ਗੁੰਦ ਬੜੀ ਹੀ ਪੀੜੀ ਤੇ ਆਪਣੀ ਗੁਣ ਵੀ ਹੁੰਦੀ ਹੈ ਚਸਤ ਜਿਹੜੀ ਚੁਸਤ ਬਰਤਾਲਾਪ ਪਾਤਰਾਂ ਦੀ ਹਰਕਤਾਂ ਤੇ ਦੋਸਤੋ ਜਿਹੜੀ ਹੈਗਾ ਭਜ ਤੋੜ ਹੀ ਕਾਰਜ ਨੂੰ ਜਿਹੜਾ ਹੈਗਾ ਦੋਸਤੋ ਮਗਧਾ ਰੱਖਦੇ ਹਨ ਠੀਕ ਹੈ ਅੱਗੇ ਦੋਸਤੋ ਵਰਤਾਲਾਪ ਤਾਂ ਦੇਖੋ ਵਰਤਾਲਾਪ ਵਰਤਕ ਦਾ ਸੁੰਦਰ ਜਿਹੜਾ ਹੈਗਾ ਨਮੂਨਾ ਹੈ ਠੀਕ ਹੈ ਜੀ ਜਿਸ ਦੀ ਵਰਤੋਂ ਦੋਸਤੋ ਸੁਚੱਜੇ ਟੰਗ ਨਾਲ ਕੀਤੀ ਜਾਂਦੀ ਹੈ ਵਰਤਾਲਾਪ ਇਕਾਂਗੀ ਦਾ ਦੋਸਤੋ ਜਿਹੜਾ ਹੈਗਾ ਬਹ ਚਾਲ ਨੂੰ ਅੱਗੇ ਤੋਰਨ ਵਿੱਚ ਪਾਤਰਾਂ ਦੀ ਉਸਾਰੀ ਵਿੱਚ ਯੋਗ ਵਾਤਾਵਰਣ ਬਣਾਉਣ ਵਿੱਚ ਸਥਾਨਿਕ ਰੰਗ ਭਰਨ ਵਿੱਚ ਤੇ ਕਟਣਾ ਵਿੱਚ ਦੋਸਤੋ ਜਿਹੜਾ ਹੈਗਾ ਸੁਭਾਵਿਕ ਘਾ ਲਿਆਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ ਇਕਾਂਗੀ ਵਿੱਚ ਵਰਤਾਲਾਪ ਦਾ ਦੋਸਤੋ ਹਰ ਇੱਕ ਸ਼ਬਦ ਅਰਥ ਭਰਪੂਰ ਤੇ ਪਾਤਰਾਂ ਦੇ ਸੁ ਤੇ ਮੰਤਰ ਦੀ ਦੋਸਤੋ ਜਿਹੜੀ ਕਿ ਪੂਰਤੀ ਲਈ ਵਰਤਿਆ ਜਾਂਦਾ ਹੈ ਅੱਗੇ ਹੈ ਉਦੇਸ਼ ਤਾਂ ਦੇਖੋ ਇਕਾਂਗੀ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਕਿਸੇ ਮਹਾਨ ਉਦੇਸ਼ ਦੀ ਜਿਹੜੀ ਕਿ ਪ੍ਰਾਪਤੀ ਵੱਲ ਅ ਅਕਸਰ ਹੁੰਦਾ ਹੋਵੇ ਆਕਾਰ ਦੇ ਪੱਖੋਂ ਦੋਸਤੋ ਇਕਾਂਗੀ ਭਾਵੇਂ ਇਹ ਸੰਖੇਪ ਜਿਹਾ ਦੋਸਤੋ ਕਲਾ ਰੂਪ ਕਿਉਂ ਨਾ ਹੋਵੇ ਪਰੰਤੂ ਇਸ ਵਿੱਚ ਜਿਹੜਾ ਹੈਗਾ ਕੋਈ ਵੱਡਾ ਉਦੇਸ਼ ਸਮੋਇਆ ਹੁੰਦਾ ਹੈ ਜੋ ਦਰਸ਼ਕਾਂ ਠੀਕ ਹੈ ਜੀ ਦੇ ਮਨ ਉਤੇ ਦੋਸਤੋ ਜਿਹੜਾ ਹੈਗਾ ਸਦੀਵੀ ਪ੍ਰਭਾਵ ਪਾਉਂਦਾ ਹੈ ਇਕਾਂਗੀ ਕਰਨੇ ਉਦੇਸ਼ ਰਚਨਾ ਵਿੱਚ ਅਪਰਥਕ ਰੂਪ ਵਿੱਚ ਉਜਾਗਰ ਹੁੰਦੇ ਹਨ ਅੱਗੇ ਹੈ ਦੋਸਤੋ ਰੰਗਮંચ ਦਾ ਦੇਖੋ ਰੰਗਮંચ ਸਾਰੇ ਹੀ ਦਰਸ਼ਕਾਂ ਦੀ ਸਹੂਲਤਾ ਮੁਤਾਬਿਕ ਤਿਆਰ ਜਿਹੜਾ ਹੈਗਾ ਕੀਤਾ ਜਾਂਦਾ ਹੈ ਸੁਜਵਾਨ ਇਕਾਂਗੀਕਰ ਰੰਗਮંચ ਦੀ ਦ੍ਰਿਸ਼ਟੀ ਤੋਂ ਹੀ ਦੋਸਤੋ ਇਕਾਂਗੀ ਦੀ ਰਚਨਾ ਕਰਦਾ ਹੈ ਰੰਗਮંચ ਉਤੇ ਦੋਸਤੋ ਇਕਾਂਗੀ ਦੀ ਜਿਹੜੀ ਹੈਗਾ ਸਫਲਤਾ ਨਿਰਦੇਸ਼ਕ ਸਟੇਜ ਪ੍ਰਬੰਧਕ ਤੇ ਅਭਿਨੇਤਾ ਉੱਤੇ ਵੀ ਦੋਸਤੋ ਨਿਰਭਰ ਜਿਹੜੀ ਹੈਗੀ ਆ ਕਰਦੀ ਹੈ ਠੀਕ ਹੈ ਤਾਂ ਇਸ ਤੋਂ ਬਾਅਦ ਦੋਸਤੋ ਇਹ ਖਤਮ ਹੋ ਗਿਆ ਹੁਣ ਅਗਲਾ ਦੇਖ ਲੈਣੇ ਅਗਲਾ ਹੈ ਦੋਸਤੋ ਆਪਣਾ ਹੇਟ ਲਿਖੇ ਪਾਗਾਂ ਵਿੱਚੋਂ ਕਿਸੇ ਇੱਕ ਪਾਗ ਉੱਤੇ ਉਦਾਹਰਣ ਸਹਿਤ ਨੋਟ ਲਿਖੋ ਤਾਂ ਦੋਸਤੋ ਆਪਾਂ ਤਿੰਨੋਂ ਹੀ ਕਰ ਲਾਂਗੇ ਤੇ ਤਿੰਨੋਂ ਦੇ ਵਿੱਚ ਇਹ ਸਭ ਪਾਰਟ ਬਣੇ ਹੋਣ ਰੂਪਕ ਅਲੰਕਾਰ ਕੀ ਹੈ ਤੇ ਆਪਣਾ ਅਨੁਪਰਾਸ ਅਲੰਕਾਰ ਕੀ ਹੈ ਤਾਂ ਦੋਸਤੋ ਦੋਨੋਂ ਹੀ ਦੇਖ ਲੈਣੇ ਆਪਾਂ ਤਾਂ ਸਭ ਤੋਂ ਪਹਿਲਾਂ ਦੇਖੋ ਦੋਸਤੋ ਰੂਪਕ ਅਲੰਕਾਰ ਤਾਂ ਦੇਖੋ ਪਰਿਭਾਸ਼ਾ ਕੀ ਹੈ ਇਸ ਦੀ ਰੂਪਕ ਅਲੰਕਾਰ ਅਲੰਕਾਰਾਂ ਦੇ ਦੋਸਤੋ ਨਾਲ ਮਿਲਦਾ ਜੁਲਦਾ ਹੈ ਠੀਕ ਹੈ ਜੀ ਸੌਰੀ ਰੂਪਕ ਅਲੰਕਾਰ ਦੋਸਤੋ ਉਪਮਾ ਅਲੰਕਾਰ ਦੇ ਨਾਲ ਜਿਹੜਾ ਹੈਗਾ ਮਿਲਦਾ ਜੁਲਦਾ ਹੈ ਰੂਪਕ ਅਲੰਕਾਰ ਵਿੱਚ ਜਿਹੜਾ ਹੈਗਾ ਵਾ ਤਿੰਨ ਤੱਤ ਹਾਜ਼ਰ ਜਿਹੜੇ ਹੈਗੇ ਰਹਿੰਦੇ ਹਨ ਠੀਕ ਹੈ ਜਹਾ ਦੇਖ ਲਓ ਰੂਪਕ ਅਲੰਕਾਰ ਹੈ ਤਾਂ ਵਾਚਕ ਸ਼ਬਦ ਵਿੱਚ ਦੋਸਤੋ ਵਾਚਕ ਸ਼ਬਦ ਵਾਲਾ ਜਿਹੜਾ ਹੈਗਾ ਤੱਤ ਲੋਪ ਰਹਿੰਦਾ ਹੈ ਰੂਪਕ ਅਲੰਕਾਰ ਵਿੱਚ ਦੋ ਚੀਜ਼ਾਂ ਦੀ ਜਿਹੜੀ ਹੈਗੇ ਤੁਲਨਾ ਕਰਕੇ ਦੋਹਾਂ ਵਿੱਚ ਇੱਕ ਜਿਹੜਾ ਹੈਗਾ ਸਾਂਝਾ ਗੁਣ ਇਸੇ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੋਹਾਂ ਚੀਜ਼ਾਂ ਵਿੱਚ ਫਰਕ ਮਿਟ ਜਾਂਦਾ ਹੈ ਤੇ ਦੋਹਾਂ ਵਿੱਚ ਜਿਹੜੀ ਹੈਗੀ ਆ ਇੱਕ ਮਿਕਤਾ ਤੇ ਇੱਕ ਪੂਰਤਾ ਜਿਹੜੀ ਹੈਗੀ ਆ ਪੈਦਾ ਹੋ ਜਾਂਦੀ ਹੈ ਤਾਂ ਦੋਸਤੋ ਇਸ ਦਾ ਉਪਮੇ ਦੇਖ ਲਓ ਕਵਿਤਾ ਵਿੱਚ ਦੋਸਤੋ ਜਿਸ ਵਸਤੂ ਦਾ ਵਰਣਨ ਕੀਤਾ ਜਾਂਦਾ ਹੈ ਉਸ ਨੂੰ ਉਪਮੇ ਕਿਹਾ ਜਾਂਦਾ ਹੈ ਉਪਮਾਨ ਕੀ ਹੈ ਦੋਸਤੋ ਉਪਮੇ ਵਸਤੂ ਨਾਲ ਜਿਸ ਹੋਰ ਵਸਤੂ ਨੂੰ ਦੋਸਤੋ ਮਿਚਾਇਆ ਜਾਂਦਾ ਹੈ ਉਹ ਉਪਮਾਨ ਹੁੰਦਾ ਹੈ ਉਦਾਹਰਣ ਦੋਸਤੋ ਦਿੱਤੀਆਂ ਹੋਈਆਂ ਨੇ ਜਿਵੇਂ ਕਿ ਦੇਖੋ ਵਿਰੋਧਾ ਇੱਕ ਖਰਲ ਵਿਰੋਧਾ ਇੱਕ ਖਰਲ ਬਲੋਰੀ ਜਿੰਦੜੀ ਦਾ ਅਸਾ ਸੁਰਮਾ ਪਿੱਠਾ ਰੋਜ਼ ਰਾਤ ਨੂੰ ਅੰਬਰ ਆ ਕੇ ਮੰਗਦਾ ਇੱਕ ਸਲਾਈ ਵੇ ਉਦਾਹਰਣ 2 ਕੀ ਹੈ ਦੋਸਤੋ ਦੇਖ ਲਓ ਕਿ ਚਿੱਟੇ ਚਾਨਣ ਦਾ ਦੁੱਧਰ ਛੱਲਿਆ ਤੇ ਮਟਕੀ ਭੱਜੀ ਹਨੇਰੇ ਦੀ ਛੱਡ ਰਾਤਾ ਦੀਆਂ ਹਕਾਇਤਾਂ ਨੂੰ ਕੋਈ ਗੱਲ ਕਰ ਨਵੇਂ ਸਵੇਰੇ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਆਪਣਾ ਸੀਗਾ ਅਨੁਪਰਾਸ ਅਲੰਕਰ ਠੀਕ ਹੈ ਜੀ ਇਸ ਦੇ ਨਾਲ ਹੀ ਸੀਗਾ ਠੀਕ ਹੈ ਇੱਕ ਵਾਰੀ ਚੰਗੀ ਤਰ੍ਹਾਂ ਹੋਰ ਦੇਖ ਲਿਨੀਏ ਪ੍ਰਸ਼ਨ ਦੇ ਵਿੱਚ ਅਨੁਪਰਾਸ ਅਲੰਕਰ ਹੀ ਹੈ ਨਾ ਹਾਂਜੀ ਦੋਸਤੋ ਅਨੁਪਰਾਸ ਅਲੰਕਰ ਹੀ ਆ ਤਾਂ ਦੋਸਤੋ ਦੇਖੋ ਇਸ ਦਾ ਕੀ ਹੈ ਮੈਂ ਆਨਸਰ ਤੁਸੀਂ ਲਿਖਣਾ ਵਾ ਪਰਿਪਾਸ਼ਾ ਦੇਖੋ ਦੋਸਤੋ ਸਭ ਤੋਂ ਪਹਿਲਾਂ ਕਿ ਜਦ ਕਵਿਤਾ ਵਿੱਚ ਇੱਕੋ ਜਿਹੇ ਦੋਸਤੋ ਸਮਾਨ ਵਰਣਾ ਅਖਰਾਂ ਜਾਂ ਸ਼ਬਦਾਂ ਦਾ ਦੋਸਤੋ ਵਾਰ-ਵਾਰ ਦੁਹਰਾਉ ਇਸੇ ਤਰ੍ਹਾਂ ਹੋਵੇ ਕਿ ਉਸ ਵਿੱਚ ਜਿਹੜਾ ਹੈਗਾ ਵਾ ਸੰਗੀਤਕਲੇ ਵਜਨ ਤੇ ਦੋਸਤੋ ਤੋਲ ਪੈਦਾ ਹੋਵੇ ਤਾਂ ਉਸ ਨੂੰ ਅਨੁਪ੍ਰਾਸ ਅਲੰਕਰ ਕਿਹਾ ਜਾਂਦਾ ਹੈ ਅਨੁਪਾਸ ਦਾ ਅਰਥ ਹੈ ਕਿ ਬਾਰ ਬਾਰ ਦਹਰਾਓ ਇਸ ਇਹ ਦਹਰਾਓ ਜਾਂ ਬਰ ਬਾਰ ਬਾਰ ਵਰਤੋ ਅੱਖਰਾਂ ਦੀ ਦੋਸਤੋ ਜਿਹੜੀ ਹੈਗੇ ਸ਼ਬਦਾਂ ਦੀ ਜਿਹੜੀ ਹੈਗੇ ਸ਼ਬਦਾਂ ਦੀ ਜਾਂ ਫਿਰ ਦੋਸਤੋ ਜਿਹੜੀ ਹੈਗੀ ਆਪਣੀ ਇੱਥੇ ਦੇਖ ਸਕਦੇ ਹੋ ਸ਼ਬਦਾਜਾਂ ਦੀ ਹੋ ਸਕਦੀ ਹੈ ਉਦਾਹਰਨ ਦੋਸਤੋ ਦੇਖੋ ਕੀ ਹੈ ਕਿ ਫਿਰ ਰੂਪ ਸਰੂਪ ਅਨੂਪ ਦਿਸੇ फिर जिंदा दीवानी झल्ली चली फिर होश बेहोश मदहोश हुई फिर पता द फिर पत दी गली गली ठीक है जी तो इस तरह इसका दा उदाहरण है तो दोस्तों अगला देख लो अगला की है अगला है दोस्तों अपना सिंगार रस्ते प्यान रस तो भयानक रस तो दोस्तों इस दोनों ही देख लें आप देखो दोस्तों इसका आंसर की है सिंगार रस सब तो पहला था दोस्तों सिंगार रसों दोस्तों रस दोस्तो रसा दा है का राजा कहा जाता है ठीक है जी रति प्रेम इसका जोड़ा है सथाई भाव है इस विच दोस्तों रति का जोड़ा है भाव इश्क मजाजी वाला वल इशारा जोड़ा है करता है ਤਾਂ ਦੋਸਤੋ ਅੱਗੇ ਦੇਖੋ ਕੀ ਹੈ ਕਿ ਸ਼ਿੰਗਾਰ ਰਸ ਜਿਹੜਾ ਹੈਗਾ ਵਾ ਕਾਮਯੁਕਤ ਇਸਕ ਮਜਾਜੀ ਪ੍ਰੇਮ ਭਾਵ ਜੋ ਨਾ ਦੋਸਤੋ ਨਰ ਅਤੇ ਮਾਦਾ ਦੇ ਸ਼ਿੰਗਾਰ ਕਰਨ ਅਤੇ ਸ਼ਿੰਗਾਰ ਨੂੰ ਵੇਖਣ ਤੇ ਸੁਣਨ ਕਾਰਨ ਉਤਪਨ ਹੁੰਵੇ ਇਸ ਨੂੰ ਜਿਹੜਾ ਹੈਗਾ ਸ਼ਿੰਗਾਰ ਰਸ ਕਹਿੰਦੇ ਹਨ ਇਸ ਦਾ ਸਥਾਈ ਭਾਵ ਦੋਸਤੋ ਕਾਮ ਇੱਛਾ ਹੈ ਠੀਕ ਹੈ ਜੀ ਨੈਨੋਸ ਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੇ ਅਤੀ ਪਿਆਰੀ ਦਰਕਰ ਮਹਿਲਾ ਸੇਜ ਸੁਖਾਲੀ ਅਹਿਨਿਸਿਸ ਫੁੱਲ ਵਿਛਾਵੇ ਮਾਲੀ ਇਹ ਇਸ ਦੀਆਂ ਜਿਹੜੀਆਂ ਨੇ ਕਿ ਨੇ ਦੋਸਤੋ ਉਦਾਹਰਨਾ ਟਾਈਪ ਹੈਗੀਆਂ ਨੇ ਠੀਕ ਹੈ ਤਾਂ ਇੱਕ ਹੋਰ ਉਦਾਹਰਨ ਦੇਖ ਲਓ ਦੋਸਤੋ ਨਹੀਂ ਅੱਜ ਕੋਈ ਆਇਆ ਸਾਡੇ ਵੇੜੇ ਤੱਕਣ ਚੰਨ ਸੂਰਜ ਟੱਕ ਚੁੱਕ ਨੇੜੇ ਲੱਸੇ ਨਹੀਂ ਉਹਦਾ ਮੱਥਾ ਤਾਰਿਆ ਵਾਂਗ ਆਇਆ ਨਹੀਂ ਖੋਰੇ ਅੰਬਰ ਘੁੰਮ ਘੁੰਮ ਕਿਹੜੇ ਠੀਕ ਹੈ ਜੀ ਤੇ ਇੱਕ ਹੋਰ ਉਦਾਹਰਨ ਦੇਖ ਲਓ ਦੋਸਤੋ ਚਿੱਟੀ ਚਾਦਰ ਤੇਰੇ ਪੱਲੇ ਦਵਾਨੀ ਚੀਰੇ ਵਾਲੀ ਦੀ ਅਹਿਲ ਜਵਾਨੀ ਰੱਬਾ ਕਿਤੇ ਮਿਲਿਏ 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 ਨਹੀਂ ਮਿਲਿਏ ਜਾਣੇ ਜਾਨ ਗੈ ਗਈ ਵਸ ਬਗਾਨੇ ਰੱਬਾ ਕਿਤੇ ਮਿਲੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਇਸੇਗਾ ਭਿਆਨਕ ਰਸ ਠੀਕ ਹੈ ਜੀ ਇਹ ਵੀ ਦੇਖ ਲੋ ਇੱਕ ਵਾਰੀ ਤਾਂ ਹਾਂ ਦੋਸਤੋ ਭਿਆਨਕ ਰਸ ਹੈਗਾ ਵਾ ਤਾਂ ਦੋਸਤੋ ਦੇਖੋ ਭਿਆਨਕ ਰਸ ਕੀ ਆ ਭਿਆਨਕ ਰਸ ਦਾ ਦੋਸਤੋ ਸਥਾਈ ਪਵ ਜਿਹੜਾ ਹੈਗਾ ਭੈ ਜਾਂ ਫਿਰ ਡਰ ਹੈ ਕਿਸੇ ਡਰਾਉਣੀ ਚੀਜ਼ ਨੂੰ ਵੇਖਣ ਸੁਣਨ ਨਾਲ ਦੋਸਤੋ ਆਹ ਦੇਖ ਲੋ ਭਿਆਨਕ ਰਸ ਆ ਠੀਕ ਹੈ ਜੀ ਕਿਸੇ ਵੀ ਦੋਸਤੋ ਜਿਹੜਾ ਹੈਗਾ ਡਰਾਉਣੀ ਚੀਜ਼ ਨੂੰ ਵੇਖਣ ਜਾਂ ਫਿਰ ਦੋਸਤੋ ਜਿਹੜਾ ਹੈਗਾ ਵੇਖਣ ਸੁਣਨ ਨਾਲ ਜਦੋਂ ਮਨ ਦੇ ਅੰਦਰ ਡਰ ਪ੍ਰਗਟ ਹੁੰਦਾ ਹੈ ਤਾਂ ਉਸ ਨੂੰ ਭਿਆਨਕ ਰਸ ਉਪਜਦਾ ਹਾਂ ਠੀਕ ਹੈ ਜੀ ਤਾਂ ਵਿਦਵਾਨਾਂ ਨੇ ਲਿਖਿਆ ਹੈ ਕਿ ਚਿੱਤ ਦੀ ਵਿਚਾਨੀ ਨੇ ਦੋਸਤੋ ਵਿਆਕੁਲਤਾ ਦੇ ਜਿਹੜੇ ਹੈ ਵਿਆਕਲਤਾ ਤੋਂ ਵਿਆਕੁਲਤਾ ਤੋਂ ਪੈਦਾ ਹੋਈ ਕਲਪਨਾ ਜਿਹੜੀ ਹੈਗੀ ਆਪਣੀ ਕੰਨ ਸਮਸ਼ਾਨ ਭੂਮੀ ਤੇ ਦੁਸ਼ਮਨਾ ਦਾ ਖਿਆਲ ਜਿਹੜਾ ਹੈਗਾ ਵਾ ਆਧ ਭਿਆਨਕ ਰਸ ਦੇ ਹੀ ਕਾਰਨ ਹਨ ਉਦਾਹਰਣ ਦੋਸਤੋ ਕੀ ਹੈ ਕਿ ਦੋਹੀ ਦਲੀ ਮੁਕਾਬਲੇ ਰਣ ਸੂਰੇ ਗੜਕਨ ਚੜ ਤੋਪਾਂ ਗੱਡੀ ਚੁਕੀਆਂ ਲੱਖ ਸੰਗਲ ਖੜਕਣ ਜਿਨ ਜਿਉ ਚੱਲਾ ਅੱਗਾ ਲੰਗਰੀ ਲੰਗਿਆ ਰਣਸੂਰੇ ਤੜਕਣ ਉਹ ਹਸਰ ਦਿਹਾੜਾ ਵੇਖ ਕੇ ਦਲ ਦੋਵੇ ਤੜਕਣ ਉਦਾਹਰਨ 2 ਦੇਖ ਲਓ ਦੋਸਤੋ ਕੀ ਹੈ ਕਿ ਕਾਲੀ ਰਾਤ ਅੰਧੇਰੇ ਤੇ ਗਿਰਨ ਗੋਲੇ ਠੀਕ ਹੈ ਜੀ ਜੈਸੇ ਛੱਡ ਦੇ ਤੀਰ ਕਮਾਨ ਲੋਕੋ ਬਿਜਲੀ ਬਦਲਾ ਦੀ ਥਾਂ ਕੜਕਣ ਪੈਂਦੀ ਕੰਬੇ जानदे जिमनी आसमान लोक मारे सीते ने शेर लंगूर हाथी तड़फन विच पाए अपना दोस्तों बिया बान लोको अगला दोस्तों देख लो की है ਤਾ ਅਗਲਾ ਦੇਖਦੇ ਆਂ ਦੋਸਤੋ ਕਵਿੱਤ ਛੰਦ ਅਤੇ ਦਵਈਆ ਛੰਦ ਕੀ ਹੈ ਤਾਂ ਦੋਸਤੋ ਇਸ ਦਾ ਅਨਸਰ ਦੇਖ ਲਿਨੀਆ ਆਹ ਦੇਖੋ ਦੋਸਤੋ ਆਪਣਾ ਕਵਿੱਤ ਤਾਂ ਦੇਖੋ ਦੋਸਤੋ ਕਵਿੱਤ ਜਿਹੜਾ ਹੈਗਾ ਉਹ ਵਰਣਿਕ ਛੰਦ ਹੈ ਇਸ ਵਿੱਚ ਦੋਸਤੋ ਚਾਰ ਲੰਮੀਆਂ ਲੰਮੀਆਂ ਤੁਕਾਂ ਹੁੰਦੀਆਂ ਹਨ ਠੀਕ ਹੈ ਜੀ ਤੇ ਹਰ ਤੁਕ ਵਿੱਚ ਜਿਹੜੇ ਹੈਗੇ ਚਾਰ ਵਿਸ਼ਰਾਮ ਹੁੰਦੇ ਹਨ ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ ਤੁਕ ਦੇ ਜਿਹੜੇ ਹੈਗੇ ਦੋ-ਦੋ ਚਰਨ ਹੁੰਦੇ ਹਨ ਹਰ ਚਰਨ ਵਿੱਚ ਜਿਹੜੇ ਹੈਗੇ ਦੋ ਵਿਸ਼ਰਾਮ ਹੁੰਦੇ ਹਨ ਹਰ ਤੁਕ ਦੇ ਦੋਸਤੋ ਚਾਰ ਵਿਸ਼ਰਾਮ ਨੂੰ ਤੁਕਾਂਤ ਕਿਹਾ ਜਾ ਸਕਦਾ ਹੈ ਹਰ ਤੁਕ ਵਿੱਚ 31 ਜਾਂ ਫਿਰ 32 ਵਰਣ ਹੁੰਦੇ ਹਨ ਠੀਕ ਹੈ ਜੀ ਤਾਂ ਉਦਾਹਰਣ ਦੇਖ ਲਓ ਪਹਿਲੀ ਤਾਂ ਦੇਖੋ ਦੋਸਤੋ ਭਾਈਆ ਬਗੈਰ ਕੋਈ ਪੈਰ ਨਾ ਧਰਨ ਦੇਵੇ ਠੀਕ ਹੈ ਜੀ ਭਾਈ ਉੱਠ ਜਾਣ ਭੱਜ ਪੈਂਦੀਆਂ ਨੇ ਬਾਹਾਂ ਉਹ ਭਈਆ ਭਾਇਆ ਬਗੈਰ ਲੋਕਾਂ ਸਾਥ ਵਿੱਚ ਦੇਣ ਗਾਏ ਭਾਈ ਹੁੰਦੇ ਪਾਸ ਲੱਖ ਹੁੰਦੀਆਂ ਆਪਣਾ ਹੋਏ ਠੀਕ ਹੈ ਜੀ ਆ ਦੇਖ ਲਓ 8+8 16 8+8 16 8+8 16 8+7 15 ਇਹਨਾਂ ਨੇ ਇਹਦੀ ਆ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਤਾਂ ਤੁਸੀਂ ਇਸ ਨੂੰ ਦੇਖ ਲਓ ਅੱਗੇ ਦੋਸਤੋ ਆਪਣਾ ਦਵਈਆ ਛੰਦ ਤਾਂ ਦੇਖੋ ਦੋਸਤੋ ਦਵਈਆ ਛੰਦ ਇਹਨੂੰ ਪੰਜਾਬੀ ਗ੍ਰਾਮਰ ਤਾਂ ਦੇਖੋ ਦੋਸਤੋ ਦਵਈਆ ਇੱਕ ਵਾਰੀ ਦੇਖ ਲੋ ਤਾਂ ਭਈਆ ਛੰਦੀ ਸੀਗਾ ਤਾਂ ਹਾਂ ਦੋਸਤੋ ਬਿਲਕੁਲ ਦਬਈਆ ਛੰਦੀ ਹੈਗਾ ਵਾ ਤਾਂ ਦੋਸਤੋ ਦੇਖੋ ਦਬਈਆ ਇੱਕ ਜਿਹੜਾ ਹੈਗਾ ਵਾ ਮਾਤ੍ਰਿਕ ਛੰਦ ਹੈ ਇਸ ਵਿੱਚ ਦੋਸਤੋ ਚਾਰ ਤੁਕਾਂ ਹੁੰਦੀਆਂ ਹਨ ਹਰ ਤੁਕ ਜਿਹੜੀ ਹੈ 28 ਮਾਤਰਾ ਦੀ ਹੁੰਦੀ ਹੈ ਹਰ ਤੁਕ ਵਿੱਚ ਪਹਿਲਾ ਵਿਸ਼ਰਾਮ 16 ਮਾਤਰਾ ਉੱਤੇ ਦੋਸਤੋ ਅਤੇ ਜਿਹੜਾ ਹੈਗਾ ਦੂਜਾ 12 ਮਾਤਰਾ ਉੱਤੇ होंद है ठीक है जी छंद रूप जी है मात्रिक है तुक्त की गिणती चार है मात्राव दोस्तों अठाई ने विश्राम दोस्तों सोलह प्लस बारह ने तो दोस्तों देखो नाजक पैर मलूक सस्सी दे महदीना सवार तो दोस्तों सोलह प्लस बारह इतने अठाई इसका आंसर यह उदाहरण दिखती हुई है ठीक तो है जी तो इस देख लेना वा इतम हो गई है ठीक तो तो है जी तो यह दवइया छंदगाडा तो दोस्तों अगर जो गल करिए प्रश्न उत्तर तो होर कुछ भी नहीं है इतने ये पेपर पूरा जो है समाप्त हो गया जो कि दोस्तों प्लस टू यानी कि ट्वैल्थ क्लास का जोड़ा है बा, पंजाबी चोन भी या फिर दोस्तों इसमें जब वा इलेक्टिव पाबी जैन हो ठीक है जी इसों अभी पूरा सोल्व जोड़ा है वा करवा दता ठीक है जी एक कुछ पेलों तो भी सोल्व सगा तो अभी भी जो है क्वेश्चन आंसर लग के तहत तैयारी करवा दीदो वेरी वेरी इंपोर्टेंट यह प्रश्न उत्तर है ठीक है जी क्योंकि दोस्तों दो हज़ार बई तेई का है वा तो बोर्ड ने जारी किया कुछ ना कुछ तो पक्का आएगा ही आएगा। ओके दोस्तों चलो वीडियो चैनल से वीडियो वादिया लगी तो लाइक जरूर करो चैनल पहली बार आए तो सब्सक्राइब करके दोस्तों बैल आइकन प्रेस करके जरूर रखियो बाकी तो तो कोई क्वारी है इंस्टाग्राम तो से मैसेज कर सकते हो इंस्टाइडी का लिंक डिस्क्रिप्शन बॉक्स में दिता हो